ਕੀ ਹੋ ਗਿਆ? ਕੀ ਹੋ ਗਿਆ? ਵੀਰਾ ਤੁਰਿਆ ਆਉਂਦਾ, ਵੀਰਾ ਮੇਰੀ ਗੱਲ ਸੁਣੋ, ਸਿਆਣੇ ਕਹਿੰਦੇ ਨੇ ਤੈਨੂੰ ਸੰਪੈੜ ਚਲਿੱਤਰ ਨਾਰ ਦੇ, ਕਿਹੜੀ ਬੰਦੇ ਨੂੰ ਮਾਰ ਦੇ? ਲੈ ਮਾਏ, ਅੱਜ ਜਿੰਨੇ ਤੇਰੇ ਚ ਚਲਿੱਤਰ ਹੈਗੇ ਨੇ ਨਾ ਸਾਰੇ ਖੇਡ ਲੈ, ਚੱਕ ਦੇ ਕੰਮ ਨੂੰ ਚੱਕ ਦੇ। ਦੇਖ ਸਹੀ ਆ ਜਿੰਨੇ ਚਲਿੱਤਰ, ਤੂੰ ਜਮਾ ਫਿਕਰ ਕਰ, ਕਿੱਥੇ ਕਾਗਾ ਇਹ, ਉਹ ਤਾਂ ਆ ਜਾਊਗਾ, ਵੀ ਤੂੰ ਆਪਦਾ ਕੰਮ ਸ਼ੁਰੂ ਕਰ। ਕੀ ਦੱਸਾਂ ਪੁੱਤ, ਮੇਰਾ ਤਾਂ ਇਕੱਲਾ ਪੁੱਤ ਸੀਗਾ, ਮੈਨੂੰ ਤਾਂ ਐਵੇਂ ਵੀ ਕਿਹਾ ਕਿ ਮੈਡਮ ਮੈਂ ਸੁਖੀ ਹੋਊਂਗੀ, ਇਹ ਤਾਂ ਪੁੱਤੇ ਦੀ ਇਹੀ ਜੀ ਆਇਆ, ਇਹ ਤਾਂ ਉਹਦੇ ਮੂੰਹ ਤੇ ਤਾਂ ਸ਼ਹਿਦ ਬਣ ਜਾਂਦੀ ਹੈ, ਕਿ ਇਹ ਮਗਰੋਂ ਜ਼ਹਿਰ ਬਣ ਜਾਂਦੀ ਆ। ਮਾਂ ਭਾਬੀ ਦਾ ਨਾ ਦੋਗਲੀ ਆ ਗਈ, ਮੈਨੂੰ ਤਾਂ ਐ ਸੀਗਾ ਵੀ ਚੱਲ ਕੋਈ ਨਾ ਹਨਾ ਅਸੀਂ ਭੈਣਾਂ ਵਾਂਗੂ ਰਹੋਗੇ, ਪਰ ਇਹ ਇਹ ਤਾਂ ਮੇਰੇ ਦਿਨ ਰਾਤ ਲੜਾਈਆਂ ਕਰਦੀ ਹੈਗੀ, ਇਹਨੂੰ ਤਾਂ ਐਂ ਆਗਾ ਵੀ ਬਸ ਕਿਹੜੇ ਵੇਲੇ ਇਹਨਾਂ ਨੂੰ ਘਰੋਂ ਕੱਢਦਾ। ਅੰਮਾ ਬਾਲਾ ਮੰਨ ਚੁੱਕੇ ਹੋ, ਸਾਡੇ ਘਰੇ ਕਾਹਦਾ ਰੌਲਾ ਪੈਣਾ ਅੱਜ ਫਿਰ? ਕੀ ਹੋ ਰਿਹਾ ਮੇਰਾ? ਉਹੀ ਨਾ ਗੱਲ ਘੋਟਦੀ, ਇਹੀ ਗੱਲ ਦੀ ਤਾਂ ਮੈਨੂੰ ਚਿੰਤਾ ਰਹਿੰਦੀ ਆ ਮਾਂ, ਵੀ ਜੇ ਕਿਤੇ ਹਨਾ ਅਸੀਂ ਦੋਨੋਂ ਘਰੇ ਨਾ ਹੋਈਏ, ਜੇ ਇਹਨੇ ਤੈਨੂੰ ਕੁਛ ਕਰ ਦੇਣਾ ਮੈਂ ਕਾਸੇ ਜੋਗੀ ਨਹੀਂ ਰਹਿਣਾ ਹੈਗਾ। ਕਿੱਥੇ ਕਹਿ ਗਿਆ? ਖੜ ਜਾ ਤੂੰ ਇੱਕ ਮਿੰਟ, ਤੂੰ ਆਪਦਾ ਕੰਮ ਸ਼ੁਰੂ ਰੱਖ, ਮੈਂ ਦੇਖ ਕੇ ਆਉਂਦੀ ਹਾਂ। ਉਹਨੇ ਚੱਕੀ ਰੱਖ ਕੰਮ, ਕੌਂਤਰਾ ਸੁਣੀ ਜਾਂਦਾ ਸੁਣੀ ਜਾਂਦਾ। ਮੈਂ ਤਾਂ ਐਂ ਸੋਚਦੀ ਹਾਂ ਵੀ ਉਹਨੂੰ ਕਿਵੇਂ ਜਵਾਬ ਨੂੰ ਦੱਸਾਂ ਕਿ ਮੈਨੂੰ ਤਾਂ ਜੀ ਦੁਖੀ ਕਰਦਾ। ਮਾਂ ਦੇਖ ਲਓ ਬਾਈ ਹੁੰਦੇ ਤੇ ਨਾ ਸਾਰਾ ਰੋਟੀ ਪਾਣੀ ਪੁੱਛਦੀ ਆਪਾਂ ਨੂੰ, ਕਦੇ ਰੋਟੀ ਕਦੇ ਚਾਹ ਕਦੇ ਜੂਸ, ਜਦੋਂ ਬਾਈ ਹੁੰਦਾ ਨੀ ਨਾ ਉਦੋਂ ਪਾਣੀ ਦਾ ਗਲਾਸ ਵੀ ਨੀ ਪੁੱਛਦੀ ਹੈਗੀ। ਉਹਦੇ ਹੁੰਦੇ ਤਾਂ ਮੈਨੂੰ ਕਹੂ ਮਾਂ ਕੱਪੜੇ ਤਾਰ ਦੇ ਮੈਂ ਧੋ ਦਿੰਦੀ ਹਾਂ, ਜਦੋਂ ਲੰਘ ਜਾਂਦਾ ਨੀ ਮੇਰੀਆਂ ਸੁੱਤਣਾ ਸੁੱਕਣੀਆਂ ਪਾਈਆਂ ਰਹਿ ਜਾਂਦੀ। ਕੀ ਕੁਛ ਬੋਲੀ ਜਾਂਦੇ? ਮੈਂ ਤਾਂ ਕਹਿੰਦੀ ਹਾਂ ਮਾਂ ਆਪਾਂ ਨੇ ਬਾਈ ਨੂੰ ਦੱਸਦਾ ਲਿਆ ਗਿਆ। ਨਿੱਧੀ ਏ ਮੈਂ ਕਿਵੇਂ ਆਪਦੇ ਪੁੱਤ ਦਾ ਮਨ ਦੁਖੀ ਕਰਾਂ, ਕੀ ਦੱਸਾਂ ਬਾਹਰ ਅੰਦਰ ਫਿਰਦਾ ਦੀ ਫਿਰ ਹੁਣ ਰੋਈ ਜਾਂ ਕਰਮਾਂ ਨੂੰ। ਮੈਨੂੰ ਤਾਂ ਇਹ ਸੀਗਾ ਵੀ ਕੱਲਾ ਕੱਲਾ ਸਾਡੇ ਭਾਈ ਹੈਗਾ ਚੱਜ ਦੀ ਭਰਜਾਈ ਆ। ਪੁੱਤ ਜੀ ਤਾਂ ਮੇਰਾ ਬਹੁਤ ਕਰਦਾ ਵੀ ਮੈਂ ਜੱਗੇ ਨੂੰ ਸਾਰੀ ਗੱਲ ਦੱਸ ਦਾ, ਪਰ ਆਪਦੇ ਪੁੱਤ ਦਾ ਘਰ ਕਿਵੇਂ ਆਪਦੇ ਹੱਥੀ ਪੱਟਦਾ। ਮਾਂ ਮੇਰੀ ਗੱਲ ਸੁਣ, ਤੂੰ ਕੁਛ ਕੁਮਾਵਤੀ ਉਹਦੇ ਲੈ ਕੇ ਆ, ਤੈਨੂੰ ਤਾਂ ਆਪਾਂ ਨੂੰ ਕੱਟਣੇ ਪੈਣਗੇ, ਮੈਨੂੰ ਵੀ ਆਇਆਗਾ ਭਾਈ ਦਾ ਘਰ ਨਾ ਪੱਟਿਆ ਜਾਵੇ, ਕੋਈ ਨਾ ਆਪਾਂ ਦਾ ਟਾਈਮ ਪਾਸ ਕਰ ਲਾਂਗੇ। ਚੱਲ ਚੱਲ ਸੰਦਰ ਹੁਣ ਕਰਕੇ ਕੀ ਰੋਣਾ, ਕੀ ਕਹਿ ਸਕਦੇ ਆ। ਲੈ ਵਾ ਹੁਣ ਆਊਗਾ ਨਜ਼ਾਰਾ, ਦੇਖੀ ਤਾਂ ਸਹੀ ਜਦੋਂ ਬਾਈ ਨੇ ਉਹਦੀ ਗੁੱਤਨੀ ਨੂੰ ਦਿੱਤਾ ਨਾ ਬਟਾ, ਨਜ਼ਾਰਾ ਤਾਂ ਫੇਰ ਆਉ, ਫੇਰ ਨਿਕਲੂ ਇਹਦੇ ਧੌੜਾ ਦਾ ਕਿੱਲਾ। ਹੁਣ ਤਾਂ ਉਹ ਗੱਲ ਹੋ ਗਈ, ਸੱਪ ਵੀ ਮਰ ਜੂ ਤੇ ਸੋਟਾ ਵੀ ਨਾ ਟੁੱਟੂ। ਨਾਲੇ ਮੇਰੀ ਗੱਲ ਸੁਣਵਾ, ਚੱਲ ਲਵਣੀ ਚਾਰੀ ਘੁੱਟ ਕਰਕੇ ਵਿਆਹ ਉਹ ਤਾਂ ਚੱਲ। ਅਖਬਾਰ ਜਾ ਪੜਨ ਲੱਗ ਗਈ ਤੜਕੇ ਵਾਲਾ, ਅਖਬਾਰ ਪੜ੍ਹਦੀ ਪੜ੍ਹਦੀ ਦੀ ਮੇਰੀ ਅੱਖ ਲੱਗ ਗਈ, ਮੈਂ ਉਰੇ ਟੇਢੀ ਹੋ ਗਈ। ਓਏ ਉਹ ਤਾਂ ਚੱਲ ਠੀਕ ਆ, ਮੈਨੂੰ ਐ ਕਿਉਂ ਲੱਗਦਾ ਜਿਵੇਂ ਤੂੰ ਰੁੱਸੀ ਰੁੱਸੀ ਰਹਿ ਰਹੀ ਆ, ਮੂੰਹ ਜਾ ਬਣਾਈ ਬੈਠੀ ਆ। ਕਾਹਨੂੰ ਮੂੰਹ ਬਣਾਇਆ ਜੀ, ਅਸਲ ਚ ਨਾ ਮੇਰਾ ਮੂੰਹ ਹੁਣ ਕਿਸੇ ਨੂੰ ਚੰਗਾ ਨੀ ਲੱਗਦਾ। ਉਹ ਕਾਹਨੂੰ ਤੁਹਾਨੂੰ ਵੀ ਚੰਗਾ ਲੱਗਦਾ, ਤੂੰ ਐ ਕਰ ਪਾਣੀ ਦਾ ਗਲਾਸ ਲੈ ਜਾ। ਲਿਆ ਦਿੰਦੀ ਆ ਚਾਹ, ਹੁਣੀ ਬਣਾ ਦਾ ਕਿ ਠਹਿਰ ਕੇ ਪੀਓਗੇ? ਨਾ ਫੇਰ ਪੀ ਲਾਂਗੇ, ਤਦ ਪਾਣੀ ਪਾਣੀ ਦਾ ਦੇ। ਕਹਿੰਦੀ ਗੱਲ ਨੀ ਹੋਈ, ਗੱਲ ਤਾਂ ਕੋਈ ਹੋਈ ਆ, ਨਾਲੇ ਤਾਂ ਇਹਨੇ ਮੂੰਹ ਦੇਖ ਕੇ ਹਜਾ ਰੱਖਿਆ, ਨਾਲੇ ਉੱਧਰ ਰੋਣਾ ਪਿੱਟਣਾ ਆਉਂਦਾ ਚੱਲ ਰਿਹਾ, ਦੀ ਜੰਗ ਲੱਗੀ ਹੋਣੀ ਨਾ ਆਪਸ ਮੈਂ ਦੱਸਦੀਆਂ ਨੀ ਗੀਆਂ। ਚੱਲ ਕੋਈ ਗੱਲ ਨੀ, ਪਤਾ ਤਾਂ ਲੱਗੇ ਜਾਊ।
ਕੋਈ ਹੋਇਆ ਕੀ ਆ ਮੈਨੂੰ ਦੱਸੂਗਾ ਬਈ ਹੋਣਾ ਕੀ ਆ ਜੀ ਤੜਕੇ ਤੁਹਾਡੇ ਸਾਹਮਣੇ ਮੇਰਾ ਸਿਰ ਦੁਖਦਾ ਸੀ ਨਾ ਜੇ ਤੁਸੀਂ 2 ਮਿੰਟ ਮੇਰਾ ਸਿਰ ਘੁੱਟ ਵੀ ਦਿੱਤਾ ਤਾਂ ਕੀ ਲੋੜਾ ਆ ਗਿਆ ਮੈਂ ਵਿਆਹ ਕੇ ਆਈ ਆ ਮੈਂ ਕੋਈ ਨਿਕਲ ਕੇ ਤਾਂ ਨਹੀਂ ਆਈ ਬਾਅਦ ਦੇ ਵਿੱਚ ਮੈਨੂੰ ਤੂੰ ਚਾਹ ਨੀ ਬਣਾਈ ਤੂੰ ਆਏ ਨੀ ਕਰਿਆ ਤੈਨੂੰ ਆਏ ਨੀ ਪਤਾ ਹੈਗਾ ਕੁੜੀ ਆਉਣ ਵਾਲੀ ਹੈ ਤੂੰ ਕੁੜੀ ਨੂੰ ਆਏ ਕਰਕੇ ਦੇ ਤੂੰ ਕੁੜੀ ਨੂੰ ਆਏ ਕਰਕੇ ਦੇ ਮੇਰੀ ਗੱਲ ਸੁਣ ਚੱਲ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਕਹੂੰ ਚਾਹ ਬਣਾ ਦੇ ਚਾਹ ਤੇਰੀ ਮਾਂ ਬਣਾਊਗੀ ਤੂੰ ਆਹ ਕੰਮ ਕਰਦੇ ਇਹ ਤੇਰਾ ਪਿਓ ਕਰੂਗਾ ਮੈਂ ਮਾੜਾ ਜਿਹਾ ਮੰਮੀ ਨੂੰ ਇਹ ਗੱਲ ਕਹਿਤੀ ਮੈਂ ਕਿਹਾ ਮੰਮੀ ਕੰਮ ਮੇਰੇ ਤੋਂ ਜਿੰਨਾ ਮਰਜ਼ੀ ਕਰਵਾ ਲਓ ਮੇਰੇ ਪੇਕੇ ਵਾਲੀ ਮਾਂ ਤੇ ਤੁਹਾਡੇ ਚ ਕੋਈ ਫਰਕ ਨੀ ਗਾ ਠੀਕ ਆ ਨਾ ਪਰ ਤੁਸੀਂ ਮੇਰੇ ਮਾਂ ਪਿਓ ਤੇ ਨਾ ਜਾਇਆ ਕਰੋ ਹਨਾ ਉੱਤੋਂ ਕਹਿ ਲੱਗੀ ਇਹਨੂੰ ਕਿੱਲਾ ਕਰਵਾ ਮਾਂ ਜੀ ਜਿਹੜਾ ਕਿ ਗਲਤ ਫਸਿਆ ਹੋਇਆ ਤੇ ਮੈਨੂੰ ਐਂ ਤਾਂ ਦੱਸ ਦੋ ਮਾੜਾ ਕੀ ਕੀਤਾ ਹੈ ਮੇਰੇ ਕਿਹੜਾ ਤਾਂ ਮੁੰਜ ਕਿੱਲਾ ਦੱਸ ਮੈਂ ਕਦੋਂ ਮੈਂ ਆਕੜ ਕੀਤੀ ਹੈ ਕਦੋਂ ਮੈਂ ਕਿਸੇ ਨੂੰ ਮਾੜਾ ਕੱਟਿਆ ਓਏ ਮੈਂ ਮੰਨਦਾ ਵੀ ਮੰਮੀ ਤੇ ਭੈਣ ਦੀ ਗਲਤੀ ਆ ਕਿਉਂਕਿ ਤੇਰੇ ਨਾਲ ਉਹ ਲੜ ਸਕਦੀਆਂ ਨੇ ਪਰ ਤੇਰੇ ਮਾਂ ਬਾਪ ਨੂੰ ਕੁਛ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਪਰ ਮੈਂ ਕੀ ਕਰਾਂ ਮੈਂ ਜਿੱਦਾਂ ਬੇਬੇ ਦੀ ਕਰਦਾ ਤਾਂ ਮਰ ਗਿਆ ਜੇ ਤੇਰੀ ਕਰਦਾ ਤਾਂ ਮਰ ਗਿਆ ਮੈਂ ਤਾਂ ਦੋਵੇਂ ਪਾਸੇ ਫਸਿਆ ਹੋਇਆ ਆਹੀ ਗੱਲ ਤਾਂ ਮੈਂ ਕਹਿੰਦੀ ਹਾਂ ਨਾਲੇ ਮੇਰੀ ਗੱਲ ਮੈਂ ਤੁਹਾਨੂੰ ਅੱਜ ਤੱਕ ਕਿਹਾ ਕਦੇ ਵੀ ਜਾ ਕੇ ਆਪਦੀ ਮਾਂ ਨਾਲ ਲੜ ਕੇ ਆਓ ਜਾਂ ਆਪਦੀ ਭੈਣ ਨਾਲ ਲੜ ਕੇ ਆਓ ਮੈਂ ਹਰ ਵਾਰ ਹਾਜ਼ਮ ਕਰ ਲੈਂਦੀ ਹਾਂ ਗੱਲ ਵੀ ਚੱਲ ਕੋਈ ਗੱਲ ਨੀ ਮੈਂ ਵੀ ਕਿੰਨਾ ਕੁ ਚਿਰ ਬਰਦਾਸ਼ਤ ਕਰੂੰਗੀ ਆਪਦੇ ਪੇਕਿਆਂ ਵਾਲੇ ਠੀਕ ਆ ਨਾ ਸਿਆਣੇ ਕਹਿੰਦੇ ਨੇ ਦੋਹਾਂ ਨੂੰ ਮਾਸ ਕਦੇ ਅੱਡ ਨੀ ਹੁੰਦੇ ਹੁਣ ਮੰਨ ਕੇ ਚੱਲ ਮੈਂ ਤੇਰੀ ਮਾਂ ਨੂੰ ਬੋਲੂਗੀ ਜਾਂ ਮੈਂ ਤੇਰੀ ਭੈਣ ਨੂੰ ਬੋਲੂਗੀ ਤੈਨੂੰ ਦੁੱਖ ਲੱਗੂਗਾ ਨਾ ਤੇ ਜਦੋਂ ਫਿਰ ਕੋਈ ਮੇਰੇ ਮਾਂ ਪਿਓ ਨੂੰ ਬੋਲੂਗਾ ਮੇਰੇ ਪੇਕਿਆਂ ਤੱਕ ਜਾਊਗਾ ਮੈਨੂੰ ਵੀ ਤਾਂ ਦੁੱਖ ਲੱਗੂਗਾ ਜਵਾਕਾਂ ਨੂੰ ਲੈ ਕੇ ਘੁੰਮਣ ਵਗ ਜਾਂਦੇ ਨੇ ਇੱਥੇ ਸਰਕਾਰੀ ਕਬੀਲਦਾਰੀ ਨੀ ਲੋਟ ਆਉਂਦੀ ਚਲੋ ਮਾਲਕ ਆਪੀ ਭਲੀ ਕਰੂਗਾ ਕੀ ਬੁੜ ਬੁੜ ਕਰੀ ਆਪਣੇ ਦਿਮਾਗ ਦਾ ਭੋਰ ਕਿੱਧਰ ਭਜਾ ਰੱਖਿਆ ਮੈਨੂੰ ਵੀ ਦੱਸ ਦੇ ਉਹ ਮੇਰੇ ਭਾਵ ਨੇ ਕਿੱਥੇ ਭੱਜਣਾ ਤੇਰੇ ਵਾਲੀ ਸੋਚਣਾ ਸੀਗਾ ਮੇਰੇ ਬਾਰੇ ਹਾਂ ਕੀ ਗੱਲ ਹੋ ਗਈ ਉਹ ਸੱਚ ਸਾਡਾ ਦੱਸ ਨਾ ਅਸੀਂ ਤਾਂ ਭੁੱਖ ਜਾ ਕਰ ਉਹ ਬਾਈ ਨੇ ਕਿਹਾ ਜੀ ਫੋਨ ਲਾਉਣ ਨੂੰ ਮੈਂ ਮਾੜਾ ਜਿਹਾ ਫੋਨ ਲਾ ਲੈ ਦੱਸ ਕੀ ਗੱਲ ਹੋ ਗਈ ਇੰਨਾ ਗੁੱਸੇ 'ਚ ਬੋਲਿਆ ਨਾਲੇ ਕੁਛ ਦੱਸਿਆ ਵੀ ਨਹੀਂ ਹੈਗਾ ਫੋਨ ਲਾਇਆ ਕਿਸੇ ਨੂੰ ਦੇਖਦੀ ਹਾਂ ਜਾ ਕੇ ਕਿਹਨੂੰ ਫੋਨ ਲਾਇਆ ਮੈਂ ਇਹੀ ਕਹਿੰਦੀ ਹਾਂ ਵੀ ਨਾ ਕਦੇ ਵੀ ਕਿਸੇ ਨੂੰ ਬੋਲਣਾ ਨੀ ਚਾਹੀਦਾ ਨਾਲੇ ਮੇਰੀ ਗੱਲ ਸੁਣੋ ਮੈਨੂੰ ਫੋਨ ਆ ਰਿਹਾ ਇੱਕ ਮਿੰਟ ਖੜ ਜਾ ਪਤਾ ਜੀ ਖੜ ਜਾ ਇੱਕ ਤਾਂ ਤੁਹਾਡੇ ਫੋਨ ਨਹੀਂ ਸੂਤ ਆਉਂਦੇ ਉਹ ਖੜ ਜਾ ਗੱਲ ਪਰ ਉਹ ਦਾ ਫੋਨ ਆ ਰਿਹਾ ਇੱਕ ਮਿੰਟ ਗੱਲ ਕਰ ਲਾਂਗੇ ਹੈਲੋ ਹਾਂਜੀ ਪ੍ਰੋਣਾ ਸਾਹਿਬ ਕੀ ਹਾਲ ਚਾਲ ਆ ਉਹ ਹਾਂ ਕਿਵੇਂ ਜੱਗੇ ਬਾਈ ਵਧੀਆ ਕਿਵੇਂ ਯਾਦ ਕਰਿਆ ਚੱਲ ਕੋਈ ਗੱਲ ਨੀ ਆਉਣਾ ਫਿਰ ਮੈਂ ਚੱਲ ਆ ਜਾ ਫਿਰ ਇੱਧਰ ਤੂੰ ਚੱਲ ਪਾ ਇੱਧਰ ਮੈਂ ਚੱਲ ਪਾ ਚੰਗਾ ਆ ਜਾ ਓਕੇ ਬਾਈ ਆ ਜਾ ਕਿਹਦੇ ਨਾਲ ਗੱਲ ਕਰਦੇ ਤੇ ਤੇਰੇ ਭਾਈ ਨਾਲ ਗੱਲ ਕਰਦਾ ਸੀਗਾ ਹੋਰ ਦੱਸ ਕਿਹਦਾ ਕਰਦਾ ਸੀ ਅੱਛਾ ਹੁਣ ਤਾਂ ਮੇਰੇ ਵੀਰੇ ਨਾਲ ਗੱਲ ਹੋ ਗਈ ਹੁਣ ਤਾਂ ਦੱਸ ਦੋ ਵੀ ਮੇਰੇ ਬਾਰੇ ਕੀ ਸੋਚਦੇ ਤੇ ਉਹ ਚੁੱਪ ਕਰਕੇ ਹੋਰ ਉੱਥੇ ਜਾ ਕੇ ਬਹਿ ਜਾ ਤੇਰੇ ਭਾਵੇਂ ਮੈਨੂੰ ਪਤਾ ਨਹੀਂ ਲੱਗਦਾ ਸਾਰੇ ਲੋਕ ਮੈਨੂੰ ਦੱਸਦੇ ਨੇਗੇ ਹਾਂ ਹਾਂ ਬਹਿ ਜਾ ਉੱਥੇ ਚੁੱਪ ਕਰਕੇ
ਆ ਕੇ ਦਿੰਦਾ ਤੇਰੀ ਕੁੱਤਣੀ ਨੂੰ ਪਤਾ, ਇਹਦਾ ਆਇਆ ਵੀ ਮੈਨੂੰ ਪਤਾ ਹੀ ਨੀ ਲੱਗਦਾ। ਦੱਸ ਤਾਂ ਦਿੰਦੇ ਵੀ ਕੀ ਗੱਲ ਹੋ ਗਈ। ਹਾਏ ਰੱਬਾ, ਇਹੀ ਜੀ ਕੀ ਗੱਲ ਹੋ ਗਈ। ਮੇਰੀ ਤਾਂ ਕਿਸੇ ਨਾਲ ਕੋਈ ਗੱਲਬਾਤ ਵੀ ਨੀ ਹੈਗੀ, ਨਾ ਮੈਂ ਫਾਲਤੂ ਕਿਸੇ ਨਾਲ ਖੜਦੀ ਆ, ਨਾ ਬਹਿਨੀ ਆ, ਨਾ ਕਿਸੇ ਤੇ ਜਾਂਦੀ ਆਉਂਦੀ ਆ। ਇਹੀ ਜੀ ਕੀ ਗੱਲ ਹੋ ਗਈ। ਮੇਰਾ ਤਾਂ ਦਿਮਾਗ ਇਹ ਕੰਮ ਕਰਨ ਨੂੰ ਹਟ ਰਿਹਾ। ਚੱਲ ਹੁਣ ਇਹਦੇ ਆਈ ਤੋਂ ਹੀ ਪਤਾ ਲੱਗੂਗਾ ਵੀ ਕੀ ਗੱਲ ਹੈ, ਕੀ ਬਾਤ ਹੈ। ਕਿਤੇ ਬਾਤ ਨਾ ਜਾਣਾ ਹੁਣ ਤੁਸੀਂ। ਓਏ ਹਾਂ, ਪਰਮਾ ਆਪਣਾ ਡਿਜੀਟਲ ਗੱਡੀ ਨਾ ਲਾਉਂਦੇ। ਹਾਂ ਮੈਂ ਉਹਨੂੰ ਕਹਿਣਾ ਮਨ ਲੈ ਇੰਨਾ ਤੇਲ ਫੁੱਕਦਾ ਉੱਤੇ। ਹਾਂ ਠੀਕ ਹੈ, ਮੈਂ ਕਿੰਨੀ ਵਾਰ ਪਈ ਜੀ। ਆਹੋ ਤੇ ਕੀ ਕਿਹੜਾ ਜੜੇ ਜੜੇ ਹੈ। ਮਹਾਂ ਮੇਰਾ ਦੋਸਤ ਆ ਆਰ ਕੇ ਵਾਲੇ। ਹਾਂ ਜਦੋਂ ਆਪਾਂ ਗੱਡੀ ਦੇ ਦਿੱਤੀ। ਹਾਂ ਹਾਂ ਮਹਾਂ ਮੈਂ ਤੈਨੂੰ ਉੱਥੋਂ ਦਵਾ ਦੇਣਾ। ਉਹ ਚੱਲ ਵਧੀਆ ਜੀ, ਨਾਲੇ ਮਾੜੀ ਮੋਟੀ ਕਹਿੰਦੇ ਹੁੰਦੇ ਕੋਈ ਖਰਾਬ ਖਰੂਬ ਹੁੰਦੀ ਆ, ਕੋਈ ਉਨੀ ਕੀ ਹੁੰਦੀ ਆ। ਪਾਤੜਾਂ ਦਾ ਆਪਣੇ ਨੇੜੇ ਆ, ਬੰਦਾ ਜਾ ਕੇ ਕਿਹਾ ਹੋਊਗਾ, ਉਹ ਦਿੱਲੀ ਕਾੜਾ ਜਾਊਗਾ ਰੋਜ਼ ਰੋਜ਼। ਨਾਲੇ ਵਧੀਆ ਗੱਡੀ ਦਿੰਦੇ ਨੇ, ਨਾਲੇ ਗਾਰੰਟੀ ਦਿੰਦੇ ਨੇ ਆਪਾਂ। ਨਹੀਂ ਇਹ ਗੱਲ ਤਾਂ ਹੈਗੀ ਆ। ਵੈਸੇ ਆਪਾਂ ਦੇਖ ਲਓ ਤੋਂ ਕਿੰਨੀਆਂ ਗੱਡੀਆਂ ਆਪ ਵੀ ਖਰੀਦੀਆਂ ਨੇ ਤੇ ਲੋਕਾਂ ਨੂੰ ਵੀ ਦਵਾਈਆਂ ਨੇ, ਕਦੇ ਕੋਈ ਲਾਂਭਾ ਨਹੀਂ ਹੋਇਆ। ਚੱਲ ਹੁਣ ਅਗਲਾ ਮਸ਼ੀਨਰੀ 'ਚ ਕਿਹੜਾ ਬੜਿਆ ਹੁੰਦਾ ਕਿ ਉਨੀ ਕੀ ਕਦੇ ਹੋ ਵੀ ਜਾਂਦੀ ਆ। ਚੱਲ ਕੋਈ ਨੀ, ਫਿਰ ਕਿਉਂ ਠੀਕ ਵੀ ਤਾਂ ਕਰਾ ਦਿੰਦੇ ਨੇ ਮਿੰਟ 'ਚ। ਉਹ ਤਾਂ ਆਇਆ ਨਾ, ਹੁਣ ਜੇ ਗੱਡੀ ਚੱਲੂਗੀ ਰਾਹ ਤਾਂ ਹੋਊਗੀ। ਹਾਂ ਚੱਲ ਮੇਰੀ ਗੱਲ ਸੁਣੋ, ਮੈਂ ਨਾ ਤੁਹਾਨੂੰ ਚਾਹ ਪਾਣੀ ਬਣਾ ਕੇ ਦਿੰਦੀ ਆ ਤੇ ਆਪਣੀ ਮਾਂ ਨੂੰ ਫੜਾ ਜਾ, ਮੈਂ ਨਹੀਂ ਜਾਣਾ ਉਹਦੇ ਕੋਲੇ। ਓਏ ਮੈਂ ਤਾਂ ਬਾਈ ਦੇ ਵੀ ਜਾਣਾ, ਤੈਨੂੰ ਪਤਾ ਲੱਗਣ ਦੇ ਸਾਹਮਣੇ। ਮੇਰੀ ਇੱਕ ਮਿੰਟ ਗੱਲ ਸੁਣ ਲੈ, ਚਾਹ ਨਾ ਫੜਾ ਕੇ ਜਾਇਓ ਕਿ ਮੈਂ ਜਾਂਦੀ ਹਾਂ ਤਾਂ ਮੇਰੇ ਮਾਂ ਪੇ ਤੱਕ ਪਹੁੰਚਦੀ, ਮੇਰੇ ਪੇਕਿਆਂ ਤੱਕ ਪਹੁੰਚਦੀ ਆਗੀ ਹਨਾ। ਲੈ ਹੁਣ ਆਏ ਕਰ, ਚਾਹ ਰੋਟੀ ਮੈਂ ਵੀ ਨੀ ਪੁੱਛਦੀ, ਜਿਹੜੇ ਉਹਨਾਂ ਨੇ ਪੇਕੇ ਫਰੋਲਣੇ ਆ ਫਿਰ ਫਰੋਲ ਦੇਣ, ਜੇ ਉਹ ਘੱਟ ਨੀ ਘੱਟ ਮੈਂ ਵੀ ਨੀ ਹੈਗੀ, ਮੈਂ ਚਾਹੁੰਦੀ ਨੀ ਲੜਾਈ ਪਾਉਣੀ। ਉਹ ਚੱਲ ਬਣਾ ਦੇ ਚਾਹ, ਚੱਲ ਫੜਾ ਕੇ ਨਾਲ। ਹਾਂ ਨੱਕ ਤੇ ਮੱਖੀ ਵੀ ਨੀ ਬੈਠਣ ਦਿੰਦੀ। ਕੋਈ ਗੱਲ ਵੀ ਨੀ ਹੋਈ ਹੈਗੀ ਜਿਹੜਾ ਇਹਨੂੰ ਪਤਾ ਲੱਗ ਗਈ। ਮੈਨੂੰ ਤਾਂ ਨਾ ਆ ਚੰਦਰੀ ਗਵਾਂਢਣ ਤੇ ਸ਼ੱਕ ਪੈਂਦਾ, ਸਾਰਾ ਦਿਨ ਕੰਧਾਂ ਤੇ ਲਮਕੀ ਜਾਂਦੀ ਆ। ਇਹਨੇ ਤਾਂ ਪਤਾ ਨੀ ਪਿੰਡ 'ਚ ਕਿੰਨੇ ਘਰ ਪੱਟਤੇ, ਪੱਕਾ ਇਸੇ ਦੀ ਕੰਮ ਹੋਣਾ, ਹੁਣ ਸਾਡਾ ਘਰ ਪੱਟੂਗੀ। ਆਇਆ ਕਾਹਤੋਂ ਨੀ ਹੈਗਾ ਹਜੇ ਤੱਕ, ਦੇਖ ਲਾ ਹੁਣ ਤੱਕ ਅੰਦਰੋਂ ਨੀ ਨਿਕਲਿਆ। ਆਪਣੇ ਬਾਰੇ ਪੂਰੇ ਕੰਨ ਭਰਦੀ ਹੋ ਹਜੇ ਮੈਨੂੰ ਬੋਲਦੀ ਸੀ ਕਦੀ, ਤੁਸੀਂ ਤਾਂ ਮਾਮਾ ਧੀਆਂ ਨੇ ਦੁਖੀ ਕਰ ਮਾਰਿਆ ਸਾਨੂੰ, ਕੋਈ ਕੰਮ ਹੋਵੇ ਕਦੀ ਆਪ ਵੀ ਕਰ ਲਿਆ ਕਰ ਵੀਰੇ, ਮੈਨੂੰ ਐ ਦੱਸ ਜੇ ਅਸੀਂ ਆਪ ਹੀ ਕੰਮ ਕਰਨੇ ਹੁੰਦੇ, ਭਾਬੀ ਨੂੰ ਕਾਹਦੇ ਵਾਸਤੇ ਲਿਆਂਦਾ, ਹੁਣ ਮੈਂ ਪੜ੍ਹਾਈ ਕਰੂੰਗੀ ਕਿ ਮੈਂ ਕੰਮ ਧੰਦਾ ਕਰਿਆ ਕਰੂੰ ਘਰ ਦਾ। ਓਏ ਇਹ ਤਾਂ ਭੈਣੇ ਠੀਕ ਹੈ ਤੇਰੀ ਗੱਲ, ਜਿਹੜੀ ਤੂੰ ਕਹਿੰਦੀ ਆ ਵੀ ਕਾਹਦੇ ਵਾਸਤੇ ਲਿਆਂਦਾ, ਉਹ ਵਿਆਹ ਕੇ ਆਈ ਆ ਉਰੇ। ਵੀਰੇ ਮੈਂ ਕਦੋਂ ਕਿਹਾ ਵੀ ਆਪਾਂ ਨੂੰ ਆਈ ਲੈ ਕੇ ਆਇਆ, ਵਿਆਹ ਕੇ ਤਾਂ ਆਈ ਆ, ਆਖਰ ਨੂੰ ਕੰਮ ਮੋਟਾ ਤਾਂ ਕਰ ਹੀ ਸਕਦੀ ਹੈਗੀ। ਹੁਣ ਕੰਮ ਨਾ ਤਾਂ ਬੇਬੇ ਤੋਂ ਹੁੰਦਾ, ਨਾ ਭਾਈ ਫਿਰ ਮੈਂ ਕਰਦੀ ਆਪਦੀ ਪੜ੍ਹਾਈ ਛੱਡ ਦਿੰਦੀ ਹੈਗੀ, ਮੈਂ ਬੈਠ ਕੇ ਕੰਮ ਕਰਨ ਲੱਗ ਜਾਂਦੀ ਹਾਂ। ਖੜ ਜਾ ਨੀ, ਉਹਨੂੰ ਜਿਹੜਾ ਕੰਮ ਕਰਾਉਣਾ ਪੈਂਦਾ ਕਈ ਕਈ ਕਰਾਉਣਾ ਪੈਂਦਾ ਹੈ। ਹੁਣ ਮੈਂ ਉਹਦੇ ਮਾਗਰ ਮਾਗਰ ਫਿਰਿਆ ਕਰਾਂ ਮਹਾਰਾਣੀ ਦੇ, ਵਿਆਹ ਕੰਮ ਕਰ ਲਾ ਜੇ ਮੇਰੇ ਗਿੱਟੇ ਕੁੱਟੇ ਚੱਲਦੇ, ਹੁਣ ਮੈਂ ਉਹਦੇ ਕਾਹਨੂੰ ਫਾੜੇ ਕੱਢਣ। ਓਏ ਬੇਬੇ ਸਾਵਰ ਰੱਖ, ਮੈਂ ਉਹਨੂੰ ਆਪੇ ਸਮਝਾ ਦੂੰਗਾ। ਮਿਲੋ ਇਹ ਪ੍ਰਾਹੁਣੇ ਦਾ ਫੋਨ ਆਇਆ ਸੀ, ਉਹਨੂੰ ਗੱਡੀਆਂ ਵਿਖਾ ਕੇ ਲਾਉਣੀਆਂ ਨੇ। ਆਹੋ ਵਗ ਜਾ ਭਾਈ, ਸਾਡਾ ਮਾਵਾਂ ਧੀਆਂ ਦਾ ਕਿਹਨੂੰ ਫਿਕਰ ਹੈ, ਸਭ ਨੂੰ ਆਪੋ ਆਪਦੇ ਕੰਮਾਂ ਦੀ ਪਈ ਪਈ ਆ। ਬੇਬੇ ਮੈਂ ਤੈਨੂੰ ਕਿਹਾ ਹੀ ਸੀਗਾ ਕੀ ਲੋੜ ਸੀ ਬਾਈ ਕੋਲੇ ਦੱਸਣ ਦੀ, ਇਹਨੇ ਕਿਹੜਾ ਆਪਣਾ ਸਾਥ ਦੇਣਾ, ਇਹਨੂੰ ਤੇ ਜਾਂ ਭਾਬੀ ਰਹਿ ਗਈ ਜਾਂ ਬਾਹਰਲੇ ਕੰਮ ਰਹਿ ਗਏ ਬਸ। ਓ ਬੇਬੇ ਛੋਟਾ ਲੜਾਈ ਝਾੜਾ ਨੀ ਉਹ ਹੁੰਦਾ ਹੈਗਾ, ਠੀਕ ਹੁੰਦਾ ਇਹ ਘਰੇ। ਹੁਣ ਮੈਂ ਜਾਣਾ, ਬਾਈ ਨੇ ਬੁਲਾਇਆ ਮੈਨੂੰ। ਬੇਬੇ
ਆਪਣੀ ਗੱਲ ਤੇ ਤਾਂ ਨੀ ਸੁਣੀ ਹੈਗੀ। ਤੀਮੀ ਦਾ ਭਰਿਆ ਹੋਇਆਗਾ, ਓਹਨੇ ਸਿਖਾ ਕੇ ਭੇਜਿਆ ਹੋਊ ਵੀ ਉਹਨਾਂ ਦੇ ਕੋਲੇ ਜਾ ਕੇ ਬੈਠੀ ਨਾ, ਓਹਨੂੰ ਆਇਆ ਵਾ ਮੇਰੇ ਪੜਦੇ ਫਾਸ਼ ਹੋ ਜਾਣਗੇ। ਮਾਂ ਨਾਲ ਲੱਗੀ ਰਹਿੰਦੀ ਦਿਨ ਰਾਤ ਫੋਨ ਤੇ, ਉਹ ਇਹਦੀ ਮਾਂ ਹੀ ਸਿਖਾਉਂਦੀ ਹੋ ਇਹੋ ਜਿਹੇ ਕੰਮ ਇਹਨੂੰ। ਨਾਲੇ ਮੇਰੀ ਗੱਲ ਸੁਣ ਬੇਬੇ, ਆ ਮੇਰਾ ਨਾ ਫੋਨ ਜਾ ਖਰਾਬ ਹੋਇਆ ਪਿਆ, ਬਾਈ ਨੂੰ ਕਹਿ ਦੀ ਨਾਲੇ ਮੇਰਾ ਫੋਨ ਲਿਆ ਕੇ ਦੇ ਦੂ ਮੈਨੂੰ ਨਵਾਂ। ਉਹ ਸੜਿਆ ਜਿਹਾ ਫੋਨ ਚੱਕੀ ਫਿਰਦੇ ਮੈਂ, ਕੁੜੀਆਂ ਪਤਾ ਇੰਨੇ ਇੰਨੇ ਸੋਹਣੇ ਫੋਨ ਲੈ ਕੇ ਆਉਂਦੀਆਂ ਨੇ ਕਾਲਜ ਚ। ਕੋਈ ਨਾ ਪੁੱਤ, ਕਰਦੀ ਆ ਮੈਂ ਸ਼ਾਮ ਨੂੰ ਗੱਲ, ਅੱਜ ਤੈਨੂੰ ਨਵਾਂ ਫੋਨ ਦਵਾਉਣੀ ਆ, ਪਤਾ ਮੈਨੂੰ ਤੇਰਾ ਫੋਨ ਕਿੱਦਾਂ ਦਾ ਵਿਗੜਿਆ ਪਿਆ ਗਾ। ਇਹਨਾਂ ਆਸਨ ਤਾਂ ਤੈਨੂੰ ਹੁੰਦਾ ਨੀ ਕੋਈ, ਦੇਖੀ ਆ ਜਿਵੇਂ ਮਰਜ਼ੀ, ਮੈਂ ਤੇਰਾ ਪਤਨਾ, ਬਾਈ ਨੇ ਤੈਨੂੰ ਪਤਾ ਕਿਹਾ ਦੀ, ਨਾਲੇ ਹੁਣ ਨਾ ਮੇਰੇ ਪਿੱਛੋਂ ਤਿੰਨੇ ਜਣੀਆਂ ਨਾ ਗੁੱਤਮ ਗੁੱਤੀ ਹੋ ਰਹੇ ਹੋ, ਸਾਰਾ ਪਿੰਡ ਕੱਢ ਲਓ ਇਕੱਠਾ, ਮਗਰੋਂ ਮੈਨੂੰ ਵੀ ਲੱਭਦੇ ਨੇ ਲੋਕ, ਵੀ ਆ ਦੇਖੋ ਤੇਰੇ ਮਗਰੋਂ ਕੀ ਕੁਛ ਕਰਦੀਆਂ ਨੇ ਇਹ। ਮੈਂ ਨਾ ਬੋਲਦੀ ਬੁਰੀ ਲੱਗਦੀ ਹਾਂ, ਹਰ ਇੱਕ ਨੂੰ ਆਪਣਾ ਆਪਣਾ ਪਿਆਰਾ ਹੁੰਦਾ ਵਾ, ਸਿਆਣੇ ਕਹਿੰਦੇ ਨੇ ਨੌਹਾਂ ਨੂੰ ਮਾਸ ਕਦੇ ਅੱਗ ਨਹੀਂ ਹੁੰਦਾ, ਪਰ ਮੈਨੂੰ ਬੋਲਣ ਤੇ ਨਾ ਮਜਬੂਰ ਕਰਦੇ ਹੋ। ਆ ਹੁਣ ਤੁਸੀਂ ਉਹਨਾਂ ਨੂੰ ਚਾਹ ਫੜਾਉਣ ਗਏ ਹੋ, ਉਹਨਾਂ ਨੇ ਤੁਹਾਨੂੰ ਚਾਰ ਗੱਲਾਂ ਸੁਣਾਤੀਆਂ ਤੇ ਤੁਸੀਂ ਮੈਨੂੰ ਆ ਕੇ ਬੋਲਣ ਲੱਗ ਗਏ। ਉਹ ਜਿਹੜੇ ਹਿਸਾਬ ਨਾਲ ਉਹਨਾਂ ਦੀਆਂ ਸੁਣ ਕੇ ਆਏ ਹੋ, ਕਦੇ ਮੇਰੇ ਕੋਲ ਬਹਿ ਕੇ ਵੀ ਮੇਰੇ ਦਿਲ ਦੀਆਂ ਗੱਲਾਂ ਸੁਣ ਲਿਆ ਕਰੋ, ਜਦੋਂ ਮੈਂ ਕੋਈ ਗੱਲ ਦੱਸਣ ਲੱਗਦੀਆਂ ਉਦੋਂ ਤਾਂ ਬਸ ਕਰ ਬਸ ਕਰ ਬਸ ਕਰ, ਮੈਨੂੰ ਤਾਂ ਪਤਾ ਗਾ ਕਦੇ ਲੱਤ ਲਾਈਏ ਕਰੇ, ਕਦੇ ਇੱਧਰ ਤੇ ਕਦੇ ਇੱਧਰ। ਉਹ ਬੰਦੇ ਨੂੰ ਹੋਰ ਵੀ ਕੰਮ ਹੁੰਦੇ ਨੇ, ਥੋੜਾ ਤੀਵੇਂ ਦਾ ਕੰਜਰ ਕਲੇਸ਼ ਨੂੰ ਮੁੱਕਦਾ ਹੈਗਾ। ਸਮਝਾ ਕਿਹਨੂੰ ਨਾ ਸਮਝਾਵਾਂ, ਇਸ ਗੱਲੋਂ ਤਾਂ ਚੁੱਪ ਹੀ ਭਲੀ ਹੈ। ਇਹ ਵੀ ਬੰਦਾ ਬਾਹਲੀ ਐਨ ਗੱਲੀਆਂ ਕਰਦਾ, ਕਿੰਨਾ ਟਾਈਮ ਹੋ ਗਿਆ ਡੀਕਦੇ ਨੂੰ, ਹਾਲੇ ਤੱਕ ਨਹੀਂ ਆਇਆ। ਨਾਲੇ ਘਰੋਂ ਫੋਨ ਕਰਕੇ ਤੁਰਿਆਗਾ ਵੀ ਤੂੰ ਇੱਧਰੋਂ ਚੱਲ ਪਾ, ਮੈਂ ਇੱਧਰੋਂ ਚੱਲ ਪਾ, ਉਹਦੇ ਖੜੇ ਨੂੰ ਵੀ ਅੱਧਾ ਪੌਣਾ ਘੰਟਾ ਹੋ ਗਿਆ। ਉਹ ਉਰੇ ਖੜਾ ਤੂੰ, ਉਹ ਹੋਰ ਕਿਵੇਂ ਠੀਕ ਠਾਕ ਆ? ਉਹ ਵਧੀਆ, ਇੰਨਾ ਟਾਈਮ ਲਾਈਦਾ ਯਾਰ, ਘੰਟਾ ਹੋ ਗਿਆ ਮੈਨੂੰ ਗੱਡੀ ਨੂੰ ਲੱਗੇ ਜਾਂਦਾ ਟਾਈਮ ਆ। ਉਹ ਗੱਡੀ ਮੈਂ ਉੱਧਰ ਖੜਾਤੀ, ਅੱਛਾ ਮੈਂ ਤਾਂ ਜਾਣਾ। ਹਾਂ ਹਾਂ ਨੂੰ ਖੜਾ ਚੱਲਦੇ ਆਪਾਂ, ਇੱਕ ਮਿੰਟ ਇੱਕ ਮਿੰਟ ਫੋਨ। ਹੈਲੋ, ਹਾਂ ਕਿਵੇਂ ਹੋ ਗਿਆ? ਅੱਛਾ ਚੱਲ ਮੈਂ ਆਉਣਾ ਯਾਰ, ਆ ਗਿਆ ਆ ਗਿਆ, ਮੈਂ 10 ਮਿੰਟਾਂ 'ਚ ਆ ਗਿਆ, ਬਸ ਆ ਗਿਆ। ਚੰਗਾ ਚੰਗਾ ਚੰਗਾ, ਉਹ ਆ ਚੱਲੀਏ, ਲੇਟ ਹੋ ਜਾਵਾਂਗੇ। ਜੱਗੇ ਗੱਲ ਸੁਣ ਮੇਰੀ ਬਾਈ, ਹਾਂ ਉਹ ਜਿਹੜਾ ਮੇਰਾ ਦੋਸਤ ਸੀ, ਹਾਂ ਉਹਦਾ ਹੋ ਗਿਆ ਐਕਸੀਡੈਂਟ। ਕਿਵੇਂ ਹੋ ਗਿਆ ਓਏ? ਪਤਾ ਨਹੀਂ ਯਾਰ, ਉਹ ਇੱਥੇ ਕਿਤੇ ਆਉਂਦਾ ਜਾਂਦਾ ਹੋਊਗਾ, ਕਰਦੇ ਤੇ ਮੋਟਰਸਾਈਕਲ ਨਾਲ ਹੋ ਗਿਆ। ਹਾਂ ਵੀ ਤੂੰ ਦੇਖ ਕੇ ਗੱਡੀਆਂ, ਮੈਨੂੰ ਪਤਾ ਕਰਕੇ ਦੱਸ ਦੀ ਸਾਰਾ ਕੁਝ। ਪੈ ਗੱਡੀਆਂ ਕਿੰਨੇ ਲੈਣੇ? ਤਿੰਨ ਲੈਣੀਆਂ ਨੇ। ਹਾਂ ਤਿੰਨ ਗੱਡੀਆਂ ਲੈਣੀਆਂ ਨੇ ਆਪਾਂ ਨੇ। ਹੁਣ ਮੈਨੂੰ ਜਾਣਾ ਪਊਗਾ ਲੈਣੋਂ? ਹਾਂ ਤੂੰ ਦੇਖ ਕੇ ਆ ਤੇ ਬਾਕੀ ਮੈਨੂੰ ਦੱਸ ਦੀ। ਚੱਲ ਤੂੰ ਆਇਆ ਕਰ, ਤੂੰ ਜਾ ਠੀਕ ਆ? ਹਾਂ ਚੱਲ ਠੀਕ ਆ, ਚੰਗਾ ਬਸ ਚਾਹ ਪਾਣੀ ਦਾ ਪੀ ਜਾਗਾ। ਬਸ ਯਾਰ ਮੁੰਡਾ ਤਾਂ ਹਸਪਤਾਲ ਤੋਂ ਲੈ ਕੇ ਗਏ ਨੇ ਉਹਨੂੰ। ਚੱਲ ਠੀਕ ਆ, ਚੰਗਾ ਚੰਗਾ ਚੰਗਾ। ਡੈਡੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਹਾਂ ਬੁੱਤੂ ਦੱਸ। ਚੱਲ ਇਹਨੂੰ ਬੰਦ ਕਰੋ, ਫਿਰ ਬੈਠ ਕੇ ਗੱਲ ਕਰਦੇ ਹਾਂ। ਤਾਂ ਫਿਰ ਟੂਟੀ ਬੰਦ ਕਰਕੇ ਆ ਮੜੀ, ਮੈਂ ਕਰਕੇ ਰਹੀ ਡੈਡੀ ਬੰਦ ਕਰਾਈ। ਹਾਂ ਬੁੱਤ ਹੁਣ ਦੱਸ ਕੀ ਹੈ? ਡੈਡੀ ਮੈਂ ਕਹਿੰਦੀ ਹਾਂ ਵੀ ਕੱਲ੍ਹ ਤੋਂ ਨਾ ਮੈਂ ਬਾਈਕ 'ਤੇ ਹੀ ਜਾਇਆ ਤਾ, ਪਹਿਲੇ ਮੈਨੂੰ ਬਾਈਕ ਚਲਾਉਣੀ ਆਉਂਦੀ ਹੈ, ਮੈਂ ਇਕੱਲੀ ਹੀ ਬਾਈਕ 'ਤੇ ਜਾਇਆ ਤਾ, ਤਾਂ ਇਕੱਲੀ ਹੀ ਆਇਆ। ਫਿਰ ਪੁੱਤ ਤੂੰ ਕੋਠੀਆਂ ਦੀ ਕੁੜੀ ਨਾਲ ਜਾਂਦੀ ਤਾਂ ਹੈਗੀ, ਉਸ ਸਮਾਂ ਤੁਹਾਡੇ ਦੋਵਾਂ ਭੈਣਾਂ ਦਾ ਸਾਥ ਬਣਿਆ ਹੁੰਦਾ। ਡੈਡੀ ਮੈਂ ਤੁਹਾਨੂੰ ਕੋਠੀ ਵਾਲੀ ਕੁੜੀ ਦੀ ਹੀ ਗੱਲ ਦੱਸਦੀ ਹਾਂ। ਆਪਣੇ ਨਾ ਉਹ ਅੱਡੇ ਦੇ ਵਿੱਚ ਖੜ ਕੇ ਮੁੰਡਿਆਂ ਦੀ ਵੇਟ ਕਰਦੀ ਹੈ, ਉੱਥੇ ਮੁੰਡੇ ਨਾਲ ਗੱਲਾਂ ਕਰਦੀ ਆ। ਹੁਣ ਤੁਸੀਂ ਹੀ ਕਿਹਾ ਅਗਰ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਕੋਲ ਦੱਸਿਆ ਕਰ, ਕੱਲ ਨੂੰ ਕੋਈ ਏਦਾਂ ਦੀ ਗੱਲ ਨਾ ਹੋ ਜਾਏ ਪਿੰਡ 'ਚ, ਮੈਂ ਤਾਂ ਹੀ ਤੁਹਾਨੂੰ ਪਹਿਲਾਂ ਦੱਸ ਰਹੀ ਹਾਂ, ਕਿਉਂਕਿ ਉਹਦੀ ਵਜ੍ਹਾ 'ਤੇ ਮੇਰੇ 'ਤੇ ਕੋਈ ਗੱਲ ਆਊਗੀ ਫਿਰ ਤੁਸੀਂ ਮੈਨੂੰ ਦੇਣਾ। ਮੈਂ ਤੁਹਾਨੂੰ ਤਾਂ ਹੀ ਦੱਸ ਰਹੀ ਹਾਂ, ਉਹ
ਸ਼ਰੀਫ ਮੁੰਡਿਆਂ ਨੂੰ ਸਾਡੇ ਕਾਲਜ ਦਾ ਮੁੰਡਾ ਇੱਕ ਬਹੁਤ ਸ਼ਰੀਫ ਹੈ। ਅੱਛਾ। ਉਹਦੇ ਨਾਲ ਮਤਲਬ ਵਿਆਹ ਦੀਆਂ ਪਿਆਰ ਦੀਆਂ ਗੱਲਾਂ ਕਰਦੀ ਆ, ਉਹ ਇੱਦਾਂ ਦੀਆਂ ਗੱਲਾਂ ਕਰਦੀ ਆ ਏਡੇ ਤੇ ਖੜ ਕੇ ਕਿ ਮੈਨੂੰ ਵੀ ਸ਼ਰਮ ਆਈ। ਚੱਲ ਸ਼ਾਬਾਸ਼ ਪੁੱਤ, ਤੇਰੇ ਧੰਨਵਾਦ ਜਿਹੜਾ ਤੂੰ ਮੈਨੂੰ ਦੱਸਿਆ, ਚੰਗੀ ਗੱਲ ਹੈ, ਇਹੀ ਮਾਨ ਆ ਮੈਨੂੰ ਮੇਰੇ ਬੱਚੇ ਤੇ। ਤੇ ਪਰ ਇਹੀ ਜੀ ਗੱਲ ਕਦੇ ਅਸੀਂ ਸੁਣੀ, ਬਾਕੀ ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਤੁਸੀਂ ਭਾਈ ਜਾਂ ਬਾਹਰ ਜਾਂਦੇ ਹੋ, ਅਸੀਂ ਤਾਂ ਘਰੋਂ ਦੇਖਦੇ ਹਾਂ ਜਵਾਕਾਂ ਨੂੰ, ਉਹਨਾਂ ਹੀ ਦੇਖਦੇ ਹਾਂ ਜੀ। ਤੁਸੀਂ ਕਿਹਾ ਨਾ ਵੀ ਘਰ ਗੱਲ ਕਰਿਆ ਕਰੋ ਸਾਰੀ, ਮੈਂ ਤਾਂ ਹੀ ਤੁਹਾਨੂੰ ਦੱਸ ਰਹੀ ਹਾਂ ਵੀ ਮੈਂ ਅੱਗੇ ਤੋਂ ਆਪਣਾ ਬਾਈਕ ਤੇ ਹੀ ਜਾਇਆ ਕਰਾਂਗਾ। ਜ਼ਰੂਰੀ ਹੈ ਪੁੱਤ, ਮੈਂ ਤੈਨੂੰ ਪੁੱਤਾਂ ਵਾਂਗੂ ਪਾਲਿਆ, ਮੈਂ ਤੈਨੂੰ ਕੁੜੀਆਂ ਵਾਂਗੂ ਨਹੀਂ ਪਾਲਿਆ ਬੱਚੇ। ਡੈਡੀ ਦੇਖੋ, ਆਪਣੀ ਨਾ ਪਿੰਡ 'ਚ ਬਹੁਤ ਇੱਜ਼ਤ ਬਣੀ ਹੋਈ ਹੈ, ਅਤੇ ਮੈਂ ਨਹੀਂ ਚਾਹੁੰਦੀ ਵੀ ਕੱਲ੍ਹ ਨੂੰ ਕਿਸੇ ਨੇ ਇੱਦਾਂ ਦਾ ਕੁਛ ਦੇਖ ਲਿਆ, ਮੈਂ ਉਹਦੇ ਨਾਲ ਜਾ ਲੈਣਾ, ਤਾਂ ਕੋਈ ਵੀ ਗੱਲ ਹੋ ਗਈ ਤਾਂ ਮੇਰਾ ਤਾਂ ਮਰਨ ਹੋ ਜਾਣਾ। ਦੇਖੋ ਕੱਲ੍ਹ ਮੇਰੇ 'ਤੇ ਗੱਲ ਆਉਣੀ, ਆਪਣੇ ਪਰਿਵਾਰ 'ਤੇ ਗੱਲ ਆਉਣੀ, ਅਤੇ ਮੈਂ ਹੁਣ ਇਕੱਲੀ ਜਾ ਰਹੀ ਹਾਂ ਤਾਂ ਮੈਂ ਤੁਹਾਨੂੰ ਦੱਸ ਕੇ ਜਾਵਾਂਗੀ, ਕੱਲ੍ਹ ਨੂੰ ਇਹ ਤੁਹਾਡੇ ਮਨ 'ਚ ਨਾ ਹੋਵੇ ਵੀ ਤੂੰ ਇਕੱਲੀ ਕਿਉਂ ਜਾਂਦੀ ਹੈ। ਸ਼ਾਬਾਸ਼ ਪੁੱਤ, ਦੱਸਿਆ ਤਾਂ ਚੰਗੀ ਗੱਲ ਹੈ, ਚਲੋ ਕੋਈ ਗੱਲ ਨਹੀਂ, ਫਿਰ ਆਪਾਂ ਬਣਾਉਂਦੇ ਹਾਂ ਚਾਹ। ਸੱਚ ਡੈਡੀ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਉਹ ਸ਼ੈਰੀ ਵੀਰਾ ਨਹੀਂ ਹੈ ਜੋ, ਉਹਨਾਂ ਦੀ ਭੈਣ ਬਿਮਾਰ ਨੇ, ਮੈਂ ਉਹਨਾਂ ਦਾ ਪਤਾ ਲੈ ਆਵਾਂ ਘਰ ਜਾ ਕੇ। ਕੋਈ ਗੱਲ ਨਹੀਂ ਪੁੱਤ, ਜਾਇਆ ਜਾਣ ਨੂੰ ਕੀ ਹੈ। ਠੀਕ ਹੈ, ਕੋਈ ਗੱਲ ਨਹੀਂ। ਤੇ ਇੱਕ ਗੱਲ ਹੋਰ ਕਰਨੀ ਸੀ ਮੈਂ ਤੁਹਾਡੇ ਨਾਲ, ਉਹ ਜਿਹੜੀ ਕੋਠੀ ਵਾਲਿਆਂ ਦੀ ਕੁੜੀ ਹੈ ਨਾ, ਸ਼ੈਰੀ ਵੀਰੇ ਨਾਲ ਹੀ ਗੱਲ ਕਰਦੀ ਹੈ। ਅੱਛਾ। ਹਾਂ, ਉਹ ਵੀਰਾ ਤਾਂ ਬਹੁਤ ਸ਼ਰੀਫ ਹੈ, ਪਰ ਉਹ ਹੀ ਉਹਦੇ ਪਿੱਛੇ ਪਈ ਹੋਈ ਹੈ। ਤਾਂ ਮੁੰਡਾ ਖਰ ਨਰਮ ਹੈ, ਕਦੇ ਸੁਣਿਆ ਨਹੀਂ ਜਰਾ ਜਾ ਕਦੇ। ਚੱਲ ਕੋਈ ਨਾ ਪੁੱਤ, ਤੂੰ ਜਾਇਆ। ਠੀਕ ਹੈ ਡੈਡੀ, ਮੈਂ ਜਾ ਕੇ ਦੇਖਦਾ ਮੈਂ। ਠੀਕ ਹੈ, ਅੱਤ ਹੋ ਗਈ ਓਏ, ਜਵਾਨਾਂ ਕਿੱਧਰ ਨੂੰ ਜਾ ਰਹੇ। ਚਲੋ ਘੱਟ ਤੋਂ ਘੱਟ ਇਹੋ ਜਿਹੇ ਜਵਾਕ ਸਿਆਣੇ ਨੇ ਆਪਣੇ ਪਰਿਵਾਰ ਦੇ ਬੱਚੇ, ਤਾਂ ਘੱਟ ਤੋਂ ਘੱਟ ਜੇ ਧੀਆਂ ਇੰਨੀਆਂ ਸਿਆਣੀਆਂ ਹੋਣ ਤਾਂ ਧੀਆਂ ਜੰਮਣ 'ਚ ਹਰਜ ਕੀ ਹੈ। ਜਿਹੜੇ ਜਵਾਕ ਘਰੇ ਦੱਸਦੇ ਨਹੀਂ, ਮਾਂ ਬਾਪ ਨਾਲ ਰਾਏਬਾੜੀ ਨਹੀਂ ਕਰਦੇ, ਤਾਂ ਹੀ ਉੱਥੇ ਫਿਰ ਲੋਸ ਪੈਂਦਾ ਇਹ ਚੀਜ਼ਾਂ ਦਾ। ਦਿਮਾਗ ਮੇਰਾ ਹੋਰ ਪਾਸੇ ਲੱਗ ਜੂ, ਇਹ ਵੀ ਹਜੇ ਤੱਕ ਨੀ ਆਇਆ, ਕਦੀ ਉਡੀਕਣ ਲੱਗ ਰਹੀ ਹੈ, ਪਤਾ ਨੀ ਕਦੋਂ ਆਊਗਾ। ਨਾਲੇ ਇਹਨੂੰ ਆਏ ਪੁੱਛੂਗੀ ਵੀ ਮੈਨੂੰ ਆਏ ਕਿਉਂ ਕਹਿ ਕੇ ਗਿਆ ਤੀ, ਵੀ ਤੈਨੂੰ ਆ ਕੇ ਪੁੱਛੂਗਾ, ਤੇਰੀ ਗੁੱਤਨੀ ਨੂੰ ਗੇੜਾ ਦੂ, ਕੋਈ ਨਾ ਆ ਜਾਣ ਤੇ ਪੁੱਛੂ ਇਹਨੂੰ, ਇਹਨੇ ਕੋਈ ਨਾ ਕੋਈ ਕੰਮ ਤਾਂ ਕਰਨੀ ਪਊਗਾ, ਦਿਮਾਗ ਤਾਂ ਹੋਰ ਪਾਸੇ ਲਾਉਣਾ ਹੀ ਪਊ ਮੈਨੂੰ, ਐਂ ਤਾਂ ਮੇਰਾ ਦਿਮਾਗ ਫੇਲ ਹੋ ਜੂਗਾ। ਉਹਨੂੰ ਚਾਰ ਦਿਨ ਹੋ ਗਏ ਕਹਿੰਦੀ ਤੂੰ ਭੁਲੇਖਾਂ ਹੀ ਆ ਠੋਕਣਾਂ ਵੀ ਪਈਆਂ ਨੇ, ਜਾਂਦਾ ਹੁੰਦਾ ਥੋੜਾ ਵੀ ਨਹੀਂ ਜਾਵਾਂ ਹੁਣ ਮੈਂ। ਗੁਤਨੀ ਨੂੰ ਗੇੜਾ ਦੂੰਗਾ, ਉਸੇ ਨੇ ਮੇਰਾ ਦਿਮਾਗ ਖਰਾਬ ਕਰਿਆ ਪਿਆ ਸੀ, ਤਾਂ ਹੀ ਮੈਂ ਇੱਧਰ ਆ ਗਈ, ਮਾਂ ਚੰਗੇ ਸਫਾਈ ਕਰ ਦੋ, ਨਾਲੇ ਮੇਰਾ ਦਿਮਾਗ ਹੋਰ ਪਾਸੇ ਲੱਗ ਜੂ, ਹੁਣ ਤਾਂ ਦੱਸ ਦੋ ਮੈਨੂੰ ਕੀ ਗੱਲ ਹੋ ਗਈ। ਕੀ ਗੱਲ ਹੈ ਜੀ, ਤੁਹਾਨੂੰ ਹੱਸਣ ਦੀ ਹੋਈ ਪਈ ਆ, ਮੇਰੇ ਸਾਹ ਸੁੱਕੇ ਪਏ ਨੇਗੇ, ਕਿਵੇਂ ਹੱਸਣ ਲੱਗੇ ਪਏ ਨੇ, ਗੱਲ ਦੱਸੋ ਮੈਨੂੰ ਕੀ ਹੋਈ ਹੈ, ਹੱਦ ਹੋਈ ਪਈ ਹੈ, ਦੱਸ ਦੋ ਨਾ, ਦੱਸ ਦੋ ਹੁਣ, ਉਹ ਕਾਲੀਏ ਦੱਸਦਾ ਦੱਸਣ ਜਾ ਪੁੱਛ ਹੀ ਲਿਆ। ਨਾਲੇ ਇੱਕ ਗੱਲ ਹੋਰ, ਤੁਸੀਂ ਇੱਧਰ ਕੀ ਕਰਨ ਆਇਓਗੇ? ਓਏ ਨਾਲੇ ਰੋਜ਼ ਤਾਂ ਰੌਲਾ ਪਾਉਂਦੀ, ਜਿਵੇਂ ਉਹਦੀਆਂ ਮੇਖਾਂ ਉੱਖੜੀਆਂ ਪੈਂਦੀਆਂ ਨੇ, ਮੈਂ ਤਾਂ ਥੋੜਾ ਲੈਣ ਆਇਆ ਜੀ, ਤੂੰ ਇੱਧਰ ਕੀ ਕਰਨ ਆਈ ਜੀ? ਮੇਰੀ ਗੱਲ ਸੁਣੋ, ਮੰਨਿਆ ਵੀ ਆਪਾਂ ਨਵੀਂ ਕੋਠੀ 'ਚ ਰਹਿ ਲਿਆਂਗੇ, ਪਹਿਲਾਂ ਤਾਂ ਇਸੇ ਘਰ 'ਚ ਰਹਿੰਦੇ ਤੇ ਇਹਦੀ ਵੀ ਸਾਂਭ ਸੰਭਾਲ ਜ਼ਰੂਰੀ ਆ, ਆ ਰਾਤ ਦੇਖ ਲਓ ਕਿੰਨੀ ਹਨੇਰੀ ਚੱਲੀ ਹੈਗੀ, ਮੈਨੂੰ ਇਹ ਵੀ ਚੱਲਦੇ ਸਾਫ਼ ਸੁਥਰੀ ਕਰਿਆ ਮਾਂ ਜਾ ਕੇ। ਠੀਕ ਹੈ ਠੀਕ ਹੈ, ਲਿਆ ਕੁਰਸੀ ਚੱਕ ਕੇ ਜਾ। ਲਓ
ਦੱਸਣਾ ਤਾਂ ਮੈਂ ਤੈਨੂੰ ਉਦੋਂ ਵੀ ਸੀ ਕਿਉਂਕਿ ਤੈਨੂੰ ਪਤਾ ਤੀਵੀਆਂ ਦੇ ਮਾਲਨੇ ਘੱਟ ਹੁੰਦੇ ਨੇ।